ਗੁਰਦਾਸਪੁਰ ਵਿਖੇ ਨਰਿੰਦਰ ਮੋਦੀ ਦੀ ਰੈਲੀ ਕੁਛ ਹੀ ਮਿੰਟਾਂ ਸ਼ੁਰੂ ਹੋਣ ਵਾਲੀ ਹੈ। 2 ਵਜੇ ਤੋਂ 2:30 ਵਜੇ ਦੇ ਕਰੀਬ ਨਰਿੰਦਰ ਮੋਦੀ ਅੱਜ ਇੱਥੇ ਗੁਰਦਾਸਪੁਰ ਆਉਣਗੇ। ਇੱਥੇ ਧੰਨਵਾਦ ਰੈਲੀ ਰੱਖੀ ਗਈ ਹੈ ਨਰਿੰਦਰ ਮੋਦੀ ਲਈ ਪੰਜਾਬ ਦੇ ਬੀਜੇਪੀ ਵਰਕਰਾਂ ਵੱਲੋਂ। ਇਹ ਬੀਜੇਪੀ ਅਕਾਲੀ ਦਲ ਦਾ ਅਲਾਇੰਸ ਹੈ, 9 ਮਾਸ ਦਾ ਰਿਸ਼ਤਾ ਕਿਹਾ ਜਾਂਦਾ ਸੀ। ਕੱਲ੍ਹ ਵੀ ਕਈ ਤਸਵੀਰਾਂ ਅਜਿਹੀਆਂ ਦੇਖੀਆਂ ਜਿੱਥੇ ਅਕਾਲੀ ਦਲ ਨੂੰ ਬੀਜੇਪੀ ਵੱਲੋਂ ਕਿਤੇ ਨਾ ਕਿਤੇ ਕ੍ਰੈਡਿਟ ਵਾਰ ਤੋਂ ਦੂਰ ਰੱਖਿਆ ਜਾ ਰਿਹਾ ਹੈ। ਰੈਲੀ ਨੂੰ ਲੈ ਕੇ ਬੀਜੇਪੀ ਵਾਲੇ ਖੁਦ ਅੱਗੇ ਆ ਰਹੇ ਨੇ, ਹਾਲਾਂਕਿ ਬੀਜੇਪੀ ਅਤੇ ਅਕਾਲੀ ਦਲ ਦੇ ਵੱਡੇ ਨੇਤਾਵਾਂ ਵੱਲੋਂ ਹਮੇਸ਼ਾ ਕਿਹਾ ਜਾਂਦਾ ਕਿ 9 ਮਾਸ ਦਾ ਰਿਸ਼ਤਾ ਹੈ। ਮੰਚ ਦੀ ਤਸਵੀਰਾਂ ਇਸ ਵੇਲੇ ਤੁਸੀਂ ਦੇਖ ਰਹੇ ਹੋ। ਪਹਿਲੀ ਰੋਅ 'ਚ ਜਿੱਥੇ ਤਰੁਣ ਚੁੱਗ ਬੈਠੇ ਨੇ, ਕਮਲ ਸ਼ਰਮਾ ਬੈਠੇ ਨੇ, ਸ਼ਵੇਤ ਮਲਿਕ ਬੈਠੇ ਨੇ, ਰਾਕੇਸ਼ ਰਾਠੌਰ ਬੈਠੇ ਨੇ, ਪ੍ਰਭਾਤ ਜਾ ਬੈਠੇ ਨੇ, ਕੈਪਟਨ ਅਭਿਮਨਿਊ ਬੈਠੇ ਨੇ। ਉਸ ਤੋਂ ਦੂਜੀ ਰੋਅ ਤੁਸੀਂ ਦੇਖੋ ਤਾਂ ਅਕਾਲੀ ਦਲ ਦੇ ਨੇਤਾਵਾਂ ਨੂੰ ਦੂਜੀ ਰੋਅ 'ਚ ਬਿਠਾਇਆ ਗਿਆ। ਜੇ ਮੈਂ ਅਹੁਦੇ ਦੀ ਗੱਲ ਕਰਾਂ, ਦਲਜੀਤ ਸਿੰਘ ਚੀਮਾ ਸੀਨੀਅਰ ਨੇਤਾ ਨੇ, ਗੁਲਜ਼ਾਰ ਸਿੰਘ ਰਣੀਕੇ ਅਕਾਲੀ ਦਲ ਦੇ ਸੀਨੀਅਰ ਨੇਤਾ ਨੇ, ਦੋਵੇਂ ਕੈਬਨਿਟ ਸਾਬਕਾ ਕੈਬਨਿਟ ਮੰਤਰੀ ਰਹਿ ਚੁੱਕੇ ਨੇ, ਔਰ ਦੋਵਾਂ ਸਾਬਕਾ ਕੈਬਨਿਟ ਮੰਤਰੀਆਂ ਨੂੰ ਪਿਛਲੀ ਰੋਅ 'ਚ ਬਿਠਾਇਆ ਹੋਇਆ। ਤੁਸੀਂ ਦੇਖ ਸਕਦੇ ਹੋ ਕਿ ਅਕਾਲੀ ਦਲ ਦੇ ਨੇਤਾਵਾਂ ਨੂੰ ਪਿਛਲੀ ਰੋਅ 'ਚ ਬਿਠਾਇਆ ਹੋਇਆ, ਹਾਲਾਂਕਿ ਹਜੇ ਨਰਿੰਦਰ ਮੋਦੀ ਨਹੀਂ ਆਏ। ਅਕਾਲੀ ਦਲ ਦੇ ਹੋਰ ਵੱਡੇ ਨੇਤਾ ਤੇ ਕਿਹਾ ਜਾ ਰਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨਹੀਂ ਆਉਣਗੇ, ਸੁਖਬੀਰ ਸਿੰਘ ਬਾਦਲ ਆਉਣਗੇ, ਉਹ ਤਾਂ ਜ਼ਰੂਰ ਪਹਿਲੀ ਰੋਜ਼ ਬੈਠਣਗੇ। ਪਰ ਜਿਹੜੇ ਅਕਾਲੀ ਦਲ ਦੇ ਸੀਨੀਅਰ ਨੇਤਾ ਨੇ, ਸਾਬਕਾ ਕੈਬਨਿਟ ਮੰਤਰੀ ਹੋਣ, ਜਿੱਥੇ ਤਰੁਣ ਚੁੱਗ ਬੈਠੇ ਨੇ, ਉਹ ਚਾਹੇ ਸੈਕਟਰੀ ਨੇ ਬੀਜੇਪੀ ਦੇ, ਪਰ MLA ਦਾ ਉਹਨਾਂ ਨੇ ਇਲੈਕਸ਼ਨ ਲੜਿਆ ਸੀਗਾ, ਜਿੱਤੇ ਨਹੀਂ। ਪਰ ਦਲਜੀਤ ਸਿੰਘ ਚੀਮਾ ਅਤੇ ਗੁਲਜ਼ਾਰ ਸਿੰਘ ਰਣੀਕੇ ਕੈਬਨਿਟ ਮੰਤਰੀ ਰਹਿ ਚੁੱਕੇ ਨੇ ਪੰਜਾਬ ਦੇ, ਉਹਨਾਂ ਨੂੰ ਦੂਜੀ ਰੋਜ਼ ਬਿਠਾਇਆ ਗਿਆ। ਅਤੇ ਇਹ ਕਈ ਸਵਾਲ ਖੜ੍ਹੇ ਕਰ ਦਿੰਦੇ ਕਿ ਅਕਾਲੀ ਦਲ ਦੇ ਨੇਤਾਵਾਂ ਨੂੰ ਦੂਜੀ ਰੋਜ਼, ਉਹਨਾਂ ਦੇ ਛੋਟੇ ਕੱਦ ਤੋਂ ਜਿਹੜੇ ਬੀਜੇਪੀ ਦੇ ਨੇਤਾ ਨੇ, ਉਹ ਪਹਿਲੀ ਰੋਜ਼ ਬੈਠੇ ਹੋਏ ਨੇ ਇਸ ਵੇਲੇ। ਕੈਮਰਾਮੈਨ ਵਰਿੰਦਰ ਦੇ ਨਾਲ ਰਮਾਨ ਸ਼ੁਕਾਬਾ, ਦੈਨਿਕ ਸਵੇਰਾ TV, ਗੁਰਦਾਸਪੁਰ।